ਤਰੀਕੇ ਨਾਮ ਜੀ? ਮੇਰਾ ਨਾਮ ਹੈ ਜੀ ਮਾਲਕ ਸਿੰਘ, ਪਿੰਡ ਰਸੂਲਪੁਰ ਜੌੜਾ, ਜ਼ਿਲ੍ਹਾ ਪਟਿਆਲਾ। ਕੀ ਗੱਲ ਹੋਈ ਭਾਈ ਦੋਸਤ? ਬਸ ਮੇਰਾ ਆਪਦੀ ਜਗ੍ਹਾ ਦੇ ਉੱਤੇ ਬਹੁਤ ਸਾਲ ਪੁਰਾਣਾ, 50 ਸਾਲ ਪੁਰਾਣਾ ਗੇਟ ਸੀ। ਉਹ ਗੇਟ ਅਸੀਂ ਦੋਵਾਂ ਭਰਾਵਾਂ ਨੇ ਜਦੋਂ ਆਪਸੀ ਜਗ੍ਹਾ ਵੰਡੀ, ਅਸੀਂ ਰਜਾਮੰਦੀ ਨਾਲ ਅਲੱਗ ਅਲੱਗ ਕਰ ਲਏ ਦੋਵਾਂ ਭਰਾਵਾਂ ਨੇ। ਕੋਈ ਉੱਥੇ ਤੀਜੇ ਬੰਦੇ ਦਾ ਰੋਲ ਨਹੀਂ ਹੈਗਾ। ਇਹਨਾਂ ਨੇ 2 ਮਹੀਨੇ 4 ਮਹੀਨੇ ਪਤਾ ਨਹੀਂ ਕਿੰਨਾ ਮਹੀਨੇ ਪਹਿਲਾਂ ਜਗ੍ਹਾ ਲਈ ਹੈ ਸਰਪੰਚ ਨਾਲ। ਇਹਨਾਂ ਨੇ ਮਾਨ ਸਿੰਘ, ਸਰਦਾਰ ਮਾਨ ਸਿੰਘ ਤੋਂ ਇਹਨਾਂ ਨੇ ਜਗ੍ਹਾ ਲਈ ਹੈ। ਇਹ ਬਾਹਰੋਂ ਆਣ ਕੇ ਯਾਨੀ ਕਿ ਉੱਥੇ ਬੈਠੇ ਨੇ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਰੱਖਿਆ ਅਤੇ ਆਪਦਾ ਧਾਗੇ ਲਾਚੀਆਂ ਵਾਲੇ ਕੰਮ ਕਰਦੇ ਨੇ। ਅਤੇ ਮੇਰਾ ਗੇਟ ਸਾਹਮਣੇ ਓਪਨ ਸੀਗਾ, ਮੈਂ ਕੰਪੈਨ ਲੈ ਲਈ, ਮੇਰੇ ਕੰਪੈਨ ਨਹੀਂ ਸੀ ਘਰ ਵੜਦੀ। ਤਾਂ ਮੈਂ ਕਿਹਾ ਵੀ ਦੋਵੇਂ ਭਰਾ ਅਸੀਂ ਰਲ ਕੇ ਗੇਟ ਪਿੱਛੇ ਲਾ ਲੈਂਦੇ ਹਾਂ, ਨਾਲੇ ਡੰਗਰ ਨਾ ਆਉਣਗੇ, ਇੱਕ ਨਾਲੇ ਜਿਹੜੇ ਇਹਦੇ ਘਰ ਬੰਦੇ ਖਲੋਂਦੇ ਨੇ ਪਰਦਾ ਹੋ ਜੂਗਾ। ਇਸ ਗੱਲ ਕਰਕੇ ਅਸੀਂ ਅੱਗੇ ਗੇਟ ਲਾਉਣ ਲੱਗੇ ਅਤੇ ਇਹਨੇ ਆਣ ਕੇ ਗੇਟ ਰੋਕਿਆ। ਜਦੋਂ ਇਹ ਰੋਕਣ ਲੱਗਾ ਮੇਰੇ ਹੱਥੀਂ ਪਿਆ, ਹੱਥੀਂ ਪਿਆ ਅਤੇ ਸਾਡੇ ਪਰਿਵਾਰਕ ਜਿਹੜੇ ਮੈਂਬਰ ਸਨ ਉਹਨਾਂ ਨੇ ਸਾਨੂੰ ਛਡਾਇਆ। ਛਡਾਉਣ ਤੋਂ ਬਾਅਦ ਅਸੀਂ ਆਪਦੇ ਘਰ ਆ ਗਏ ਹਾਂ। ਮੈਂ 112 'ਤੇ 2-3 ਵਾਰੀ ਫੋਨ ਕੀਤਾ ਪ੍ਰਸ਼ਾਸਨ। 2 ਪੁਲਿਸ ਪਹਿਲਾਂ ਆਏ, 2 ਮੁਲਾਜ਼ਮ ਆਏ, ਉਦੋਂ ਬਾਅਦ 3 ਮੁਲਾਜ਼ਮ ਫਿਰ ਆਏ, 3 ਮੁਲਾਜ਼ਮ ਅਤੇ ਇੱਕ ਲੇਡੀ ਆਈ। ਉਹ ਮੈਂ 112 'ਤੇ ਉਦੋਂ ਫੋਨ ਕੀਤਾ ਜਦੋਂ ਸਾਡੇ ਪਿੰਡ ਗੱਡੀਆਂ ਹੀ ਗੱਡੀਆਂ ਆ ਗਈਆਂ, 5-7 ਗੱਡੀਆਂ, 10 ਗੱਡੀਆਂ ਸਾਡੇ ਪਿੰਡ ਭਰ ਭਰ ਕੇ ਆਈ ਗਈਆਂ। ਤਾਂ ਵੇਖਿਆ ਵੀ ਮੁੰਡੇ ਇਕੱਠੇ ਕਰਦੇ ਇੰਨੇ ਸਾਰੇ ਬਾਹਰ 'ਚੋਂ। ਅਸੀਂ SHO ਆਪਣਾ SHO ਸਾਹਿਬ ਨੂੰ ਫੋਨ ਕੀਤਾ ਅਤੇ ਉਹ ਕਹਿੰਦੇ ਸਾਡੇ 'ਤੇ ਜੀ ਭਾਈ ਗੁਰਲਾਲ ਘਨੌਰ ਦਾ ਪ੍ਰੈਸ਼ਰ ਹੈ, ਮੈਂ ਕੁਛ ਨਹੀਂ ਕਰ ਸਕਦਾ। ਇਹ ਗੱਲਾਂ ਹੋ ਰਹੀਆਂ ਸਨ ਇਹਨਾਂ ਦੀਆਂ ਆਪਸੀ, ਫੋਨ ਫਾਨ 'ਤੇ ਚੱਲਦੀਆਂ ਸੀ। SHO ਕਿਹੜੇ ਨੂੰ ਫੋਨ ਕਰਿਆ ਸੀ? ਇਹ ਨਹੀਂ ਮੈਨੂੰ ਨਾਮ ਪਤਾ ਵੀਰ ਜੀ ਉਹਦਾ। ਅਨਾਜ ਮੰਡੀ ਥਾਣਾ, ਅਨਾਜ ਮੰਡੀ ਪਟਿਆਲਾ, ਅਨਾਜ ਮੰਡੀ ਥਾਣਾ 'ਤੇ ਫੋਨ ਕੀ ਕਹਿੰਦੇ? ਹਾਂਜੀ ਉੱਥੇ ਫੋਨ ਕੀਤਾ ਸੀ। ਉਹ ਕੀ ਕਹਿੰਦੇ ਤੁਹਾਨੂੰ? ਉਹ ਕਹਿੰਦੇ ਸਾਡੇ ਤਾਂ ਪ੍ਰੈਸ਼ਰ ਹੈ, ਗੁਰਲਾਲ ਘਨੌਰ ਦਾ ਅਸੀਂ ਨਹੀਂ ਆ ਸਕਦੇ। ਇਹ ਉਹਦੇ ਰਿਸ਼ਤੇਦਾਰ ਨੇ, ਗੁਰਲਾਲ ਘਨੌਰ ਦੇ ਰਿਸ਼ਤੇਦਾਰ ਨੇ ਦੋਨੇ ਭਰਾ। ਕਿੰਨੇ ਲੋਕ ਐਡਮਿਟ ਆ ਹੁਣ ਤੁਹਾਡੇ? ਹੁਣ ਸਾਡੇ ਦੋ, ਇੱਕ ਮੁੰਡੇ ਦੇ ਉੱਤੇ ਗੋਲੀ ਇੱਥੇ ਵੱਜੀ ਚਵਾੜੇ 'ਚ, ਉਹ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ, ਉਹਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਇੱਕ ਮੇਰੀ ਵਾਈਫ ਦੇ ਗੋਲੀ ਵੱਜੀ ਆ, ਇੱਕ ਮੇਰੇ ਭਰਾ ਦੇ ਛਰਲੇ ਵੱਜੇ ਨੇ ਇੱਥੇ ਜਦੋਂ ਮੁੰਡੇ ਨੂੰ ਚੱਕਣ ਲੱਗਾ ਇਹਨੇ ਫਾਇਰ ਹੋਰ ਮਾਰਿਆ ਰਿਵਾਲਵਰ ਨਾਲ, ਅਤੇ ਇਹਦੇ ਛਾਤੀ 'ਚ ਵੀਰ ਦੇ ਫਾਇਰ ਵੱਜੇ ਨੇ। ਇੱਕ ਮਹਿਲ ਸਿੰਘ ਇੰਸਪੈਕਟਰ ਰਿਟਾਇਰ ਨੇ, ਉਹਨਾਂ ਦੇ ਵੱਜੀ ਹੈ, ਇਹਨਾਂ ਦੇ ਮੋਢੇ ਦੇ ਵਿੱਚ ਸੱਟਾਂ ਲੱਗੀਆਂ ਨੇ, ਤਾਂ ਉਹ ਵੀ ਇੱਥੇ ਐਡਮਿਟ ਨੇ। ਤਾਂ ਇਹ ਸਾਡੇ ਨਾਲ ਬਹੁਤ ਜ਼ਿਆਦਾ ਸ਼ਰੇਆਮ ਗੁੰਡਾਗਰਦੀ ਹੋਈ ਹੈ, ਸ਼ਰੇਆਮ ਸਿੱਧੀਆਂ ਗੋਲੀਆਂ ਸਾਡੇ ਘਰ ਆਣ ਕੇ ਚਲਾਈਆਂ ਗਈਆਂ ਨੇ। ਮੇਰੀ ਵਾਈਫ ਦੇ ਸਿੱਧਾ ਗੋਲੀ ਮਾਰੀ ਹੈ ਘਰ ਆਣ ਕੇ ਸਾਡੇ, ਉਹ ਸਾਡੇ ਕਮਰੇ ਦੇ ਅੰਦਰੋਂ ਉਹ ਜਿਹੜਾ ਖੋਖ ਹੁੰਦਾ ਉਹਦਾ ਕੋਕਲਾ ਹੁੰਦਾ ਉਹ ਮਿਲਿਆ ਰਿਵਾਲਵਰ ਦਾ, ਉਹਦਾ ਗੋਲੀ ਦਾ, ਉਹ ਅਸੀਂ ਪੁਲਿਸ ਨੂੰ ਦੇ ਦਿੱਤਾ। ਪੁਲਿਸ ਹੁਣ ਆਈ ਹੈ, ਪਹਿਲਾਂ ਪੁਲਿਸ ਵੀ ਕੋਲ ਖੜੀ ਰਹੀ ਹੈ, ਪੁਲਿਸ ਦੇ ਕੋਲ ਗੋਲੀਆਂ ਸ਼ਰੇਆਮ ਚੱਲੀਆਂ, ਪੁਲਿਸ ਨੇ ਕੋਈ ਗੱਲਬਾਤ ਨਹੀਂ ਕੀਤੀ, ਇਹਨਾਂ ਨੂੰ ਰੋਕਿਆ ਨਹੀਂ ਜਾਂ ਥੱਲੇ ਰੋਕਦੇ ਰਹਿਣੇ ਕੀ ਕਰਦੇ ਰਹਿਣੇ, ਇਹ ਰੁਕੇ ਨਹੀਂ। ਇਹ ਕਾਫੀ ਜ਼ਿਆਦਾ ਚੌਖੇ ਜਾਣੇ ਸਨ, ਇੱਕ ਉੱਪਰ ਚੜ੍ਹ ਕੇ ਕੋਠਿਆਂ 'ਤੇ ਸਿੱਧੇ ਸਾਡੇ ਇਹਨਾਂ ਇੱਟਾਂ ਮਾਰੀਆਂ, ਸਿੱਧੇ ਫੈਰ ਮਾਰੇ, ਅਤੇ ਉਸ ਤੋਂ ਬਾਅਦ ਸਾਡਾ ਆਹ ਕੰਡੀਸ਼ਨ ਹੋ ਗਈ। ਮੇਰੇ ਘਰ ਬਹੁਤ ਜ਼ਿਆਦਾ ਤੋੜ ਫਾੜ ਹੋ ਗਈ ਹੈ ਅਤੇ ਬਹੁਤ ਬੁਰਾ ਹਾਲ ਹੈ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਭਗਵੰਤ ਮਾਨ ਸਾਹਿਬ ਤੋਂ ਅਤੇ ਮੇਰੇ MLA ਹਰਮੀਤ ਸਿੰਘ ਪਠਾਨ ਮਾਜਰਾ ਕਿ ਇਸ ਗੱਲ ਕਰਕੇ ਅਸੀਂ ਤੁਹਾਨੂੰ ਵੋਟਾਂ ਪਾਈਆਂ ਸਨ, ਅੱਜ ਛਿੱਤਰ ਖਾਵਾਂਗੇ। ਇਹਨਾਂ ਗੱਲਾਂ ਕਰਕੇ ਅਸੀਂ ਤੁਹਾਨੂੰ ਵੋਟਾਂ ਪਾਈਆਂ ਸਨ ਵੀ ਤੁਹਾਨੂੰ ਭੱਜ ਭੱਜ ਕੇ ਅੱਗੇ ਹੋ ਕੇ ਵੋਟਾਂ ਪਾਉਂਦੇ ਸਨ ਵੀ ਚਲੋ ਭਾਈ ਬਦਲਾਵ ਆਏਗਾ, ਬਦਲਾਵ ਆਏਗਾ। ਅਤੇ ਇਹ ਬਦਲਾਵ ਆਇਆ ਜਿਹੜਾ ਤੁਸੀਂ ਸਾਡੇ ਘਰਾਂ 'ਤੇ ਸ਼ਰੇਆਮ ਕਬਜ਼ੇ ਹੀ ਕਰਾਉਣ ਲੱਗ ਗਏ ਹੋ, ਸਾਡੀ ਆਪਦੀ ਜਗ੍ਹਾ ਦੇ ਵਿੱਚ ਤੁਸੀਂ ਗੇਟ ਨਹੀਂ ਲਾਉਣ ਦੇ ਰਹੇ, ਤੁਸੀਂ ਸ਼ਰੇਆਮ ਆਪਦੇ ਜਿਹੜੇ ਵੱਡੇ ਲੀਡਰ ਨੇ ਉਹ ਆਪਦੇ ਰਿਸ਼ਤੇਦਾਰਾਂ ਨੂੰ ਕਬਜ਼ੇ ਕਰਾ ਰਹੇ ਨੇ ਵੀ ਅਸੀਂ ਆਪਦੀ ਮਰਜ਼ੀ ਨਾਲ ਜਿੱਧਰ ਮਰਜ਼ੀ ਕੁਛ ਕਰ ਲਈਏ। ਇਹ ਤਾਂ ਸ਼ਰੇਆਮ ਧੱਕਾ ਚੱਲ ਰਿਹਾ। ਠੀਕ ਸਰ, ਅੱਜ ਇੱਕ ਜਿਹੜਾ ਹੈਗਾ ਗੋਲੀਆਂ ਚੱਲੀਆਂ ਨੇ, ਸੋ ਉਹਦੇ ਬਾਬਤ ਪੁਲਿਸ ਵਿੱਚ ਕੀ ਕਾਰਵਾਈ ਕਰੀ, ਕਿੱਥੇ ਚੱਲੀ? ਸਾਨੂੰ ਥੋੜ੍ਹਾ ਚਿਰ ਪਹਿਲਾਂ ਇਨਫੋਰਮੇਸ਼ਨ ਆਈ ਸੀ ਵੀ ਰਸੂਲਪੁਰ ਜੌੜਾ ਪਿੰਡ ਦੇ ਵਿੱਚ ਜਿਹੜੀ ਇਹ ਫਾਇਰਿੰਗ ਹੋਈ ਹੈ, ਇਮੀਡੀਏਟਲੀ ਸਾਡੇ SHO ਅਨਾਜ ਮੰਡੀ ਔਰ ਫੋਰਸ ਨੂੰ ਨਾਲ ਲੈ ਕੇ ਉੱਥੇ ਮੂਵ ਕੀਤੇ ਨੇ। ਕੁਛ ਇੱਕ ਬੰਦੇ ਉਹਨਾਂ ਨੇ ਰਾਊਂਡ ਅਪ ਕੀਤੇ ਨੇ ਔਰ ਮੌਕੇ 'ਤੇ ਸਪੋਟ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਨੇ, ਅਤੇ ਮੇਰਾ ਖਿਆਲ ਆ ਸ਼ਾਇਦ ਇੱਕ ਅੱਧੇ ਬੰਦੇ ਨੂੰ ਫਾਇਰ ਜਿਹੜਾ ਹੈ ਵੱਜਿਆ, ਉਹਨੂੰ ਟ੍ਰੀਟਮੈਂਟ ਲਈ ਰਜਿੰਦਰਾ ਹੋਸਪਿਟਲ ਭੇਜਿਆ ਗਿਆ ਅਤੇ ਉਹਦੀ ਸਟੇਟਮੈਂਟ ਵਗੈਰਾ ਰਿਕਾਰਡ ਕਰਕੇ ਅਸੀਂ ਕਰ ਰਹੇ ਹਾਂ। ਇੱਕ ਦਾ ਹਾਲੇ ਪਤਾ ਲੱਗਿਆ, ਬਾਕੀ ਰਿਪੋਰਟ ਇੱਕ ਦੀ ਆਈ ਹੈ ਅਤੇ ਬਾਕੀ ਮੌਕੇ 'ਤੇ ਜਾ ਕੇ SHO ਦੱਸ ਰਿਹਾ। ਦੇਖੋ ਹੁਣ ਜਦੋਂ ਇਨਫੋਰਮੇਸ਼ਨ ਆਈ ਹੈ ਇਮੀਡੀਏਟਲੀ ਪਾਰਟੀ ਉੱਥੇ ਚਲੀ ਗਈ ਹੈ। ਮੌਬ ਜ਼ਿਆਦਾ ਇਕੱਠਾ ਹੋਇਆ ਹੋਇਆ ਸੀਗਾ ਅਤੇ ਮੁਲਾਜ਼ਮ ਘੱਟ ਸੀ, ਉਹਨਾਂ ਨੂੰ ਮਤਲਬ ਕਿ ਜਦੋਂ ਬੰਦਿਆਂ ਨੇ ਮੌਬ ਨੇ ਕਿਤੇ ਵਿੱਚੋਂ ਸ਼ਰਾਰਤ ਕੀਤੀ ਕਿਸੇ ਨੇ, ਇਹ ਤਾਂ ਨਹੀਂ ਅਸੀਂ ਕਹਿ ਸਕਦੇ ਵੀ ਸਾਹਮਣੇ ਗੋਲੀ ਚੱਲੀ ਹੈ ਜਾਂ ਮਤਲਬ ਕਿ ਪ੍ਰੈਜੈਂਟ ਸੀਗੇ, ਪਰ ਐਟ ਦੀ ਸਪੋਟ ਪੁਲਿਸ ਪਹੁੰਚ ਗਈ ਸੀ। ਹੋ ਸਕਦਾ ਜੇ ਨਾ ਮੌਕੇ 'ਤੇ ਪਹੁੰਚਦੀ ਪੁਲਿਸ ਕੋਈ ਵੱਡਾ ਹਾਦਸਾ ਹੋ ਜਾਂਦਾ ਜਾਂ ਕਿਸੇ ਨੂੰ ਮਤਲਬ ਕਿ ਡੈਥ ਵੀ ਹੋ ਸਕਦੀ ਸੀ, ਪਰ ਇਸ ਚੀਜ਼ ਨੂੰ ਜਿਹੜਾ ਮੌਕੇ 'ਤੇ ਬਚਾ ਲਿਆ ਗਿਆ। ਬਾਅਦ ਦੇ ਵਿੱਚ ਸਫੀਸ਼ੈਂਟ ਫੋਰਸ ਜਿਹੜੀ ਸੀ ਉੱਥੇ ਪਹੁੰਚੀ ਹੈ, 5-6 ਬੰਦੇ ਜਿਹੜੇ ਸੀਗੇ ਰਾਊਂਡਅਪ ਵੀ ਕੀਤੇ ਨੇ ਅਤੇ ਜਿਹੜਾ ਕੋਈ ਜ਼ਖਮੀ ਸੀਗਾ ਉਹਨੂੰ ਟ੍ਰੀਟਮੈਂਟ ਲਈ ਹੋਸਪਿਟਲ। ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਕਿਸੇ MLA ਦੇ ਬਾਰੇ ਕੋਈ ਮੇਰੇ ਨਾ ਤਾਂ ਕੋਈ ਧਿਆਨ ਦੇ ਵਿੱਚ ਨਾ ਹੀ ਮੈਨੂੰ ਕਿਸੇ ਦਾ ਇਹਦੇ ਬਾਰੇ ਕੋਈ ਰੈਫਰੈਂਸ ਆਇਆ,
जो कानून के मुताबिक जिन्हें गलती की है इस पर लॉ के खिलाफ कार्रवाई हो।